ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਜੀ ਅਸ ਵਕਤ ਸਿੱਖ ਜਨ ਦੀ ਟੀਮ ਖੜੀ ਹੈ ਗੁਰੂ ਨਾਨਕ ਗੁਰਦੁਆਰਾ ਵਾਲਸਾਲ ਅੱਜ ਇੱਥੇ ਤੀਸਰਾ ਦਿਨ ਹੈ ਗੁਰੂ ਪੈਰੋ ਸਾਕੇ ਸਰਹੰਦ ਦਾ ਪਹਿਲਾ ਦਿਨ ਸੀ 23 ਤਰੀਕ ਨੂੰ ਗੁਰਦੁਆਰਾ ਸਿੰਘ ਸਭਾ ਈਸਟ ਬਾਰਕਿੰਗ ਦੂਸਰਾ ਦਿਨ ਸੀ ਗੁਰਦੁਆਰਾ ਰਾਮਗੜੀ ਐਕਵਿੰਟਰੀ ਅੱਜ ਤੀਸਰਾ ਦਿਨ ਗੁਰੂ ਨਾਨਕ ਗੁਰਦੁਆਰਾ ਵਾਲਸਾਲ ਹੈ ਖੁੱਲੇ ਪੰਡਾਲ ਦੇ ਵਿੱਚ ਟੈਂਟ ਲਗਾ ਕੇ ਠੰਡ ਦੇ ਵਿੱਚ ਆਪਾਂ ਸਾਕਾ ਸਰੰਤ ਬਣਾ ਰਹੇ ਆ ਤਾਂ ਕਿ ਸਾਡੇ ਬੱਚਿਆਂ ਨੂੰ ਵੇਅਰਨੈਸ ਪਤਾ ਲੱਗੇ ਸਿੱਖੀ ਦਾ ਕਿਉਂਕਿ ਅੱਜ 크리스마ਸ ਹੈ 크리스마ਸ ਦਾ ਸਾਰੇ ਬੱਚਿਆਂ ਨੂੰ ਪਤਾ ਹੈ ਕੀ ਕਾਰਨ ਹੈ ਕਿ ਸਾਡਾ ਇੱਦਾਂ ਤਕੜਾ ਵਿਲੱਖਣ ਇਤਿਹਾਸ ਹੈ ਬੱਚਿਆਂ ਨੂੰ ਵੇਅਰਨੈਸ ਕਿਉਂ ਨਹੀਂ ਮਾਪਿਆਂ ਦਾ ਵੀ ਫਰਜ ਬਣਦਾ ਹੈ ਕਿ ਸਿੱਖ ਚੰਦ ਦੇ ਨਾਲ ਰਲ ਕੇ ਆਪਾਂ ਸਾਰੇ ਹੀ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਈਏ ਆਓ ਤੁਹਾਨੂੰ ਲੈ ਚਾਲੇ ਹਾਂ ਅੰਦਰ ਪੰਡਾਲ ਦੇ ਵਿੱਚ ਜਿੱਥੇ ਟੈਂਟ ਲੱਗਾ ਹੈ ਜਿੱਥੇ ਸਹਿਬਜ਼ਾਦੇ ਮਾਤਾ ਗੁਜਰਕੌਰ ਦੀ ਯਾਦ ਦੇ ਵਿੱਚ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਨੂੰ ਲੈ ਚਲੀਏ ਆਪਣੇ ਨਾਲ ਪਿਆਰੇ ਦਰਸ਼ਕੋ ਐਸ ਵਕਤ ਸਿੱਖ ਚੈਨਲ ਦੀ ਟੀਮ ਖੜੀ ਹੈ ਗੁਰੂ ਨਾਨਕ ਗੁਰਦੁਆਰਾ ਵਾਲਸਾਲ ਇਹਦੀ ਬੜੀ ਤਗੜੀ ਹਿਸਤੀ ਹੈ ਗੁਰੂ ਪਿਆਰਿਓ ਗੁਰਦੁਆਰੇ ਵਾਲਸਾਲ ਦੀ ਕਿਉਂਕਿ ਇੱਥੇ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਨਾਮ ਦਵਿੰਦਰ ਸਿੰਘ ਹੈ ਉਸੇ ਨੇ ਹੀ ਸਿੱਖ ਚੈਨਲ ਚਲਾਇਆ ਵਰਲਡ ਦੇ ਵਿੱਚ ਸਿੱਖਾਂ ਦਾ ਪਹਿਲਾ ਚੈਨਲ ਹੈ ਕਿਉਂਕਿ ਅਮਾ ਸ਼ੇਕਸਪੀਅਰ ਨੂੰ ਯਾਦ ਕਰਦੇ ਆ ਰਾਈਟਰ ਸੀ ਇਹ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਵੀ ਕਥਾ ਕੀਰਤਨ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਵਾ ਇਹ ਗੁਰੂ ਪਿਆਰੋ ਬੜੀ ਵੱਡੀ ਦੇਣ ਹੈ ਇਸ ਸ਼ੇਰ ਨੂੰ ਸਿਹਰਾ ਜਾਂਦਾ ਹੈ ਜਿਨ੍ਹਾਂ ਨੇ ਮੀਰ ਪੱਥਰ ਘੜ ਦਿੱਤਾ ਹਿਸਟਰੀ ਦੇ ਵਿੱਚ ਜਿੱਦਾਂ ਦਾ ਸਿੱਖ ਚੈਨਲ ਸਿੱਖ ਚੈਨਲ ਲਈ ਤੁਸੀਂ ਵੇਖ ਰਹੇ ਜੇ ਅੱਜ ਅਸੀਂ ਇਸੇ ਵਾਰ ਸਾਲ ਪਹੁੰਚੇ ਹਾਂ ਤੇ ਸਾਡੇ ਨਾਲ ਇੱਥੇ ਦੀਆਂ ਸੰਗਤਾਂ ਪ੍ਰਧਾਨ ਸਾਹਿਬ ਵੀ ਜਿਹੜੇ ਆ ਜੁੜੇ ਆ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇੱਕ ਦੋ ਦੋ ਮਿੰਟ ਬੋਲ ਕੇ ਮੈਕ ਅੱਗੇ ਦਿੰਦੇ ਰਹਿਣ ਇਹੀ ਕਾਰਨ ਹੈ ਕਿ ਅੱਜ ਕ੍ਰਿਸਮਸ ਸਾਰਿਆਂ ਨੂੰ ਪਤਾ ਹੈ ਇਹ ਕਾਰਨ ਹੈ ਕਿ ਸਾਡਾ ਇੱਡਾ ਤਕੜਾ ਇਤਿਹਾਸ ਹੈ ਬਾਬਾਜੀ ਸਿੰਘ ਜਹਾਰ ਸਿੰਘ ਚਮਕੌਰ ਦੀ ਕੱਚੀ ਗੜੀ ਜੇ ਲੱਖਾਂ ਦੁਸ਼ਮਣਾਂ ਦੇ ਆਹੂ ਲਾ ਕੇ ਸ਼ਹੀਦ ਹੋ ਗਏ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ 7 ਸਾਲ ਤੇ 9 ਸਾਲ ਦੇ ਸੂਬੇ ਦੀ ਇੰਨੀ ਮੰਨੀ ਮਾਤਾ ਗੁਜਰਕੌਰ ਆਪਣਾ ਆਪ ਵਾਰਦਤਾ ਦੇਸ਼ ਦੇ ਕੌਮ ਦੀ ਖਾਤਰ ਅਸੀਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਜਿਹੜਾ ਇਹ ਯਾਦ ਕਰਾਉਂਦੇ ਆਪਣਾ ਇਤਿਹਾਸ ਮੈਂ ਬੀਤੀ ਕਰਦਾ ਪ੍ਰਧਾਨ ਸਾਹਿਬ ਨੂੰ ਭਾਈ ਸੁਖਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਇੱਡਾ ਤਕੜਾ ਇਤਿਹਾਸ ਹੋਵੇ ਵੱਲਖਣ ਇਤਿਹਾਸ ਹੋਵੇ ਆਪਣੇ ਲਈਾਂ ਦੇ ਹਰ ਕੋਈ ਮਰਦਾ ਵਾ ਦੇਸ਼ ਤੇ ਕੌਮ ਲਈ ਜਿਹੜਾ ਵਾ ਕੋਈ ਕੋਈ ਸ਼ਹੀਦ ਹੁੰਦਾ ਦੇਸ਼ ਤੇ ਕੌਮ ਦੀ ਖਾਤਰ ਉਹਨਾਂ ਨੇ ਆਪਣਾ ਵਾਰਤਾ ਤੇ ਸਭ ਤੋਂ ਵੱਡੀ ਚੀਜ਼ ਹੈ 7 ਸਾਲ ਤੇ 9 ਸਾਲ ਦੇ ਬੱਚੇ ਕੁਛ ਉਮਰਾਂ ਨਹੀਂ ਤੇ ਕਿੱਦਾਂ ਉਹਨਾਂ ਨੇ ਕੁਰਬਾਨੀ ਹੱਸ-ਹੱਸ ਕੇ ਦਿੱਤੀ ਆ ਤੇ ਅੱਜ ਤੁਹਾਡੇ ਹੀ ਗੁਰਦੁਆਰੇ ਵਾਲ ਸਾਲ ਬਾਹਰ ਟੈਂਟ ਦੇ ਵਿੱਚ ਵੇਖੋ ਕਿਤਨੀ ਅਸੀਂ ਕੀਰਤਨ ਕਰ ਰਹੇ ਆ ਵੇਰਨਸ ਕਰਿਆ ਰਿਹਾ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਆਪਾਂ ਸਾਕਾ ਸੰਤ ਜਗ੍ਹਾ-ਜਗ੍ਹਾ ਜਾ ਕੇ ਇੰਗਲੈਂਡ ਦੇ ਗੁਰਦੁਆਰਿਆਂ 'ਚ ਵੇਰਨਸ ਕਰ ਰਹੇ ਆ ਮਨਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਸਰਹੰਦ ਛੋਟੀਆਂ ਜਿੰਦਾ ਵੱਡਾ ਸਾਕਾ ਜੋ ਅੱਜ ਆਪਾਂ ਇਸ ਗੁਰੂ ਘਰ ਸਿੱਖ ਟੈਂਪਲ ਵਾਲ ਸਲਕਾਮਾ ਦੇ ਵਿੱਚ ਆਪਾਂ ਸਾਰੀਆਂ ਸੰਗਤਾਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਿੱਖ ਚੈਨਲ ਦੇ ਸਹਿਯੋਗ ਦੇ ਨਾਲ ਸਾਰੀ ਪ੍ਰਬੰਧਕ ਕਮੇਟੀ ਰਲ ਕੇ ਇਹ ਮਨਾ ਰਹੇ ਹਾਂ ਇਹ ਦਿਹਾੜੇ ਸਾਨੂੰ ਕਿਉਂ ਮਨਾਉਣੇ ਚਾਹੀਦੇ ਹਨ ਇਹ ਦਿਹਾੜੇ ਸਾਨੂੰ ਇਸ ਲਈ ਮਨਾਉਣੇ ਚਾਹੀਦੇ ਹਨ ਕਿਉਂਕਿ ਸਾਡੀਆਂ ਜੋ ਕੁਰਬਾਨੀਆਂ ਸਾਡੇ ਸਿੱਖ ਧਰਮ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਬਿਲਕੁਲ ਯੂਨੀਕ ਕੁਰਬਾਨੀਆਂ ਹਨ ਇਹੋ ਜੀਆਂ ਕੁਰਬਾਨੀਆਂ ਕਿਸੇ ਵੀ ਕਿਸੇ ਵੀ ਕੌਮ ਦੇ ਵਿੱਚ ਕਿਸੇ ਇਤਿਹਾਸ ਦੇ ਵਿੱਚ ਹੀ ਨਹੀਂ ਹਨ ਬਾਕੀ ਵੀ ਸਾਰੇ ਧਰਮ ਬਹੁਤ ਸਤਿਕਾਰਯੋਗ ਹਨ ਲੇਕਿਨ ਉਹਨਾਂ ਦੇ ਵਿੱਚ ਇਹੋ ਜੀਆਂ ਕੁਰਬਾਨੀਆਂ ਜਿਹਾ ਜੇ ਸਾਡੇ ਛੋਟੇ ਛੋਟੇ ਸਹਿਬਜ਼ਾਦੇ 5 ਸਾਲ ਦੇ ਅਤੇ 7 ਸਾਲ ਦੇ ਜਿਨ੍ਹਾਂ ਨੇ ਆਪਣੇ ਬਾਬਾ ਜੀ ਦੀ ਦਾਦਾ ਜੀ ਦੀ ਪੱਗ ਨੂੰ ਕਦੀ ਦਾਗ ਨਹੀਂ ਲੱਗਣ ਦਿੱਤਾ ਜੋ ਉਹਨਾਂ ਦੀਆਂ ਜੋ ਉਹਨਾਂ ਦੀਆਂ ਸਿੱਖਿਆ ਸੀ ਉਹਨਾਂ ਸਿੱਖਿਆ ਤੇ ਚੱਲ ਕੇ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਪਰ ਸਾਨੂੰ ਦਸਤਾਰ ਪਹਿਣ ਦਾ ਅਤੇ ਸਾਨੂੰ ਆਪਣਾ ਸਿਰ ਉੱਚਾ ਰੱਖ ਕੇ ਜੀਉਣ ਦਾ ਸਾਨੂੰ ਉਹਨਾਂ ਨੇ ਇੱਕ ਮੌਕਾ ਦਿੱਤਾ ਹੈ ਸੋ ਇਹੋ ਜਿਹੇ ਪ੍ਰੋਗਰਾਮ ਜਿਹੜੇ ਹਨ ਇਹ ਤੇ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਸਿੱਖ ਵਸਦੇ ਹਨ ਉਹਨਾਂ ਨੂੰ ਇਹ ਸਾਰੇ ਮਨਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਸਾਰੇ ਬਾਕੀ ਹੋਰ ਸਾਡੇ ਸੰਗਤਾਂ ਅਨੁਸਾਰਿਆਂ ਨੂੰ ਇਹਦੇ ਬਾਰੇ ਜਾਣੂ ਹੋਣ ਅਸੀਂ 크리스마ਸ ਮਨਾਉਨੇ ਹਾਂ 크리스마ਸ ਕੀ ਹੈ ਜੀ ਜੋ 크ਰਾਈਸਤੀ ਆਪਣੀ 크리스마ਸ ਆਪਾਂ ਮਨਾਉਨੇ ਹਾਂ ਉਸਦਾ ਹਤਿਆਾਸ ਵੀ ਕਿਸੇ ਨੂੰ ਪੱਕਾ ਨਹੀਂ ਪਤਾ ਹੈਗਾ ਕਿ ਕੀ ਹੈ ਲੇਕਿਨ ਇਹੋ ਜਿਹਾ ਇਹਨਾਂ ਨੇ ਇਹੋ ਜੀ ਬਣਾ ਦਿੱਤੀ ਸਾਰੀ ਦੁਨੀਆ ਦੇ ਵਿੱਚ ਕਿ ਸਾਡੇ ਬੱਚੇ 크리스마ਸ ਨੂੰ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਤਿਆਰ ਕਰੀਏ ਉਹਨਾਂ ਨੂੰ ਇਹਦੇ ਬਾਰੇ ਦੱਸਿਏ ਤਾਂ ਕਿ ਇਹ ਪ੍ਰੋਗਰਾਮ ਜਿਹੜੇ ਆ ਚੱਲਦੇ ਰਹਿਣ ਅਤੇ ਇਸ ਤੋਂ ਅੱਗੇ ਵੱਧਦੇ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਸੰ ਮੇਰੇ ਵੀਰ ਜੀ ਬਹੁਤ ਸਤਿਕਾਰਯੋਗ ਜਿਸ 크ਿਸਮਸ ਬਾਰੇ ਸੰਗਤ ਜੀ 크ਿਸਮਸ ਕ੍ਰਿਸਮਸ ਜਿਨ੍ਹਾਂ ਦੀ ਉਹਨਾਂ ਨੂੰ ਮੁਬਾਰਕ ਜਿਸਾਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਕਹਿੰਦਾ ਸੀ ਕਿ ਸਰਾਂਦੀ ਦਰਵਾਜ਼ ਨੂੰ ਚੇਤੇ ਕਰੀਏ ਸੰਗਤ ਜੀ ਸਾਡੀ ਦਰਵਾਜ਼ ਸਿਕ ਚੇਤੇ ਕਰ ਰਿਹਾ 25 ਦਸੰਬਰ ਨੂੰ ਵਾਲਸਾਲ ਗੁਰਦੁਆਰੇ ਬਾਹਰ ਬੈਠੇ ਜੋ ਠੰਡੇ ਬੁਰਸੇ ਮਾਤਾਏ ਬੈਠੇ ਇਹ ਪ੍ਰੋਗਰਾਮ ਹੋ ਰਿਹਾ ਆ ਪਾ ਯਾਦ ਕਰੀ ਸਾਬ ਜੀ ਆ ਯਾਦ ਕਰੀ ਕਦੀ ਭੁੱਲੀਏ ਨਾ ਕਦੀ ਭੁੱਲੀਏ ਨਾ ਕਦੀ ਭੁੱਲੀਏ ਰਹਾ ਸਾਬ ਜੀ ਦੇ ਸਰਾਨ ਨੂੰ ਯਾਦ ਕਰੀਏ ਮੇਰੇ ਵੀ ਅਸਤਕਾਰ ਜੋ ਪਰਮਜੀਤ ਸਿੰਘ ਕਰਮੋਲਾ ਜੀ ਗੁਰੂ ਰੂਪ ਸਾਹਿਬ ਸਿੰਘ ਜੀ ਗੁਰੂ ਨਾਨਕ ਗੁਰਦੁਆਰਾ ਵਾਲਸਾਲ ਵਾਲਸਾਲ ਦੀਆਂ ਜੋ ਸਮੁੱਚੀਆਂ ਸੰਗਤਾਂ ਨੇ ਅੱਜ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦਿੱਤਾ ਹੈ ਉਸ ਲਈ ਅਸੀਂ ਸਮੂਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਅਸੀਂ ਆਪਣੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਲਾਲ ਸਨ ਅਤੇ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਜੋ ਲਸਾਨੀ ਸ਼ਹਾਦਤ ਹੈ ਉਹਨੂੰ ਅਸੀਂ ਕੋਟ-ਕੋਟ ਪ੍ਰਣਾਮ ਕਰਨ ਲਈ ਬਾਹਰ ਟੈਂਟ ਲਾ ਕੇ ਧੰਨ ਧੰਨ ਸਮਰੱਥ ਗੁਰੂ ਸਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਉਹਨਾਂ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਦੀ ਲਿਸ਼ਾਨੀ ਜੋ ਸ਼ਹਾਦਤ ਹੈ ਉਹਨੂੰ ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਹਾਂ ਅਤੇ ਸਿੱਖ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਪੂਰੇ ਯੂਕੇ ਦੇ ਵਿੱਚੋਂ 6 ਗੁਰਦੁਆਰੇ ਹਰ ਸਾਲੇ ਚੁੰਦੇ ਹਨ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕਿ ਗੁਰਨਾਣਕ ਗੁਰਦੁਆਰਾ ਵਾਲਸਾਲ ਕਾਮਾ ਇਸ ਗੁਰਦੁਆਰੇ ਨੂੰ ਵੀ ਆਪਣੀ ਲਿਸਟ ਦੇ ਵਿੱਚ ਰੱਖਿਆ ਤੇ ਸਾਡਾ ਫਰਜ ਬੰਦਾ ਹੈ ਸਮੁੱਚੀਆਂ ਸੰਗਤਾਂ ਦਾ ਕਿ ਆਪਾਂ ਸਿੱਖ ਚੈਨਲ ਨੂੰ ਵੀ ਉਹਨਾਂ ਦੀ ਜੋ ਮਾਈਕ ਸਹਾਇਤਾ ਕਰੀਏ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਇਹ ਗੁਰੂ ਘਰਾਂ ਦੇ ਸਿੱਖ ਕੌਮ ਦੀਆਂ ਸਟੇਜਾਂ ਦੇ ਪ੍ਰੋਗਰਾਮ ਸੰਗਤਾਂ ਨੂੰ ਦਿਖਾਣ ਹੁਣ ਵੀਰਮਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸ਼ਹੀਦੀ ਦਿਹਾੜੇ ਸਮੁੱਚੇ ਸੰਸਾਰ ਵਿੱਚ ਚੜ੍ਹ ਰਹੇ ਹਨ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੀਵਾ ਸੰਗਤ ਜਿਹੜੀ ਵਸ ਰਹੀ ਹੈ ਸਾਰੇ ਦੇਸ਼ਾਂ ਦੇ ਅੰਚਾ ਵਿੱਚ ਉਹਨਾਂ ਸ਼ਹੀਦਾਂ ਦਾ ਅੱਜ ਕੋਟਨ ਕੋਟਨ ਪ੍ਰਣਾਮ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸ਼ਹੀਦੀ ਦੇ ਕੇ ਅੱਜ ਸਾਨੂੰ ਜਿਉਂਦੇ ਰੱਖਿਆ ਹੈ ਸੋ ਜਿਸ ਤਰ੍ਹਾਂ ਅੱਜ ਵਾਸਾ ਗੁਰਨਾਨ ਦੇ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧਕ ਕਮੇਟੀ ਹੈ ਇਹਨਾਂ ਦਾ ਬੜਾ ਵੱਡਾ ਪ੍ਰਾਲਾ ਹੈ ਜੋ ਕਿ ਠੰਡੇ ਬੁਰਜ ਦੀ ਤਰ੍ਹਾਂ ਬਾਹਰ ਸੰਗਤਾਂ ਨਾਮ ਜਪ ਰਹੀਆਂ ਨੇ ਸਿਮਰਨ ਕਰ ਰਹੀਆਂ ਨੇ ਕੀਰਤਨ ਹੋ ਰਹੇ ਨੇ ਸੋ ਉਹ ਇੱਕ ਉਹਨਾਂ ਦੀ ਯਾਦ ਵਿੱਚ ਆਪਾਂ ਤੁਹਾਨੂੰ ਮਹਿਸੂਸ ਕਰ ਰਹੇ ਹਾਂ ਸੋ ਸਿੱਖ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਦੋਂ ਦਾ ਸਿੱਖ ਚੈਨਲ ਹੋਂਦ ਵਿੱਚ ਆਇਆ ਹੈ ਤੇ ਯੂਰਪ ਇੰਗਲੈਂਡ ਦੀਆਂ ਸੰਗਤਾਂ ਅਤੇ ਹੋਰ ਵਿਦੇਸ਼ਾਂ ਦੀਆਂ ਸੰਗਤਾਂ ਬਹੁਤ ਹੀ ਗੁਰੂ ਨਾਲ ਜੁੜੀਆਂ ਨੇ ਸਿੱਖੀ ਨਾਲ ਜੁੜੀਆਂ ਨੇ ਜੋ ਕਿ ਪਹਿਲਾਂ ਬੱਚਿਆਂ ਨੂੰ ਨਹੀਂ ਸੀ ਪਤਾ ਅੱਜ ਬੱਚੇ ਵੀ ਇਸ ਛੇਦਾਂ ਦੀ ਛੇਦੀ ਨੂੰ ਯਾਦ ਕਰਦੇ ਹਨ ਇਹਨਾਂ ਨੂੰ ਵੀ ਕੁਝ ਪਤਾ ਲੱਗਾ ਹੈ ਸੋ ਸਿੱਖ ਚੈਨਲ ਜੋਂਦਾ ਵੀ ਇਹ ਹੋਂਦ ਵਿੱਚ ਆਇਆ ਹੈ ਇਹਨਾਂ ਨੇ ਬਹੁਤ ਤਰੱਕੀ ਕੀਤੀ ਹੈ ਸਿੱਖੀ ਤੋਂ ਬਹੁਤ ਜ਼ਿਆਦਾ ਅੱਗੇ ਲੈ ਗਏ ਨੇ ਇਹਨਾਂ ਸਾਰੀ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੋਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਆਪਾਂ ਸ਼ਹੀਦਾਂ ਦੀਆਂ ਗੱਲਾਂ ਕਰਕੇ ਦਿਨ ਰਾਤ ਕਰਦੇ ਰਹੀਓ ਉਹਨਾਂ ਦੇ ਆਪਾਂ ਉਹਨਾਂ ਦੇ ਪਾਏ ਹੋਏ ਤੇ ਚੱਲੀਏ ਤਾਂ ਜੋ ਕਿ ਉਹਨਾਂ ਦੀ ਆਪਾਂ ਸ਼ਹੀਦੀ ਨੂੰ ਬਰਕਰਾਰ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸਿੰਘ ਜੀ ਇੱਥੇ ਇੱਕ ਗੱਲ ਆਪਾਂ ਅੱਜ ਜ਼ਰੂਰ ਇਹ ਸਿੱਖੀਏ ਕਿ ਜੋ ਜਿੰਨੇ ਵੀ ਦੁਨੀਆ ਦੇ ਵਿੱਚ ਕੰਟਰੀ ਹਨ ਜਿੱਥੇ ਵੀ ਉਸ ਕੰਟਰੀ ਦੀ ਅੰਬੈਸੀ ਹੈ ਤਾਂ ਹੀ ਉਸ ਦਾ ਝੰਡਾ ਚੁਲਦਾ ਹੈ ਪਰ ਅੱਜ ਖਾਲਸੇ ਦਾ ਖਾਲਸਾਈ ਝੰਡਾ ਪੂਰੀ ਦੁਨੀਆ ਮੇਰਾ ਖਿਆਲ ਹੈ ਕੋਈ ਐਸਾ ਦੇਸ਼ ਨਹੀਂ ਜਿਸ ਦੇਸ਼ ਦੇ ਵਿੱਚ ਖਾਲਸੇ ਦਾ ਝੰਡਾ ਚੁਲਦਾ ਨਹੀਂ ਇਹ ਸਾਰੀ ਦੇਨ ਦਸਵੇਂ ਪਾਸ਼ਾ ਧੰਤਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਸਹਿਬਜ਼ਾਦਿਆਂ ਦੀ ਹੈ ਵਾਇਕੁਟਜੀ ਦਾ ਖਾਲਸਾ ਵਾਇਕੁਟਜੀ ਕੇ ਹਤੇ ਸਭ ਤੋਂ ਸਭ ਤੋਂ ਪਹਿਲਾਂ ਸਿੱਖ ਚੈਨਲ ਜੋ ਕਿ ਘਰ-ਘਰ ਤੱਕ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਪਹੁੰਚਾਰਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਹੀ ਪਰਿਵਾਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਅਸੀਂ 크리스마ਸ ਦਾ ਦਿਹਾੜਾ ਮਨਾਉਂਦੇ ਆ ਇਸ ਤਰ੍ਹਾਂ ਗੁਰੂ ਘਰ ਵਿੱਚ ਆਣ ਕੇ ਸਾਰੇ ਦਿਹਾੜੇ ਮਨਾਇਆ ਕਰੋ ਅਤੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਉਹਨਾਂ ਨੂੰ ਸਾਰੇ ਜਿੰਨੇ ਵੀ ਸਾਡੇ ਸਿੱਖ ਦਿਹਾੜੇ ਆ ਉਹਨਾਂ ਨੂੰ ਯਾਦ ਕਰਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਕੋ ਨਾਨਕ ਸਿੱਖ ਟੈਂਪਲ ਬੋਲਸਲ ਵਿਖੇ ਜੋ ਅੱਜ ਸ਼ਿਸ਼ਦੀ ਦਿਹਾੜਾ ਮਨਾ ਰਹੇ ਹਨ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਾ ਸਾਰਿਆਂ ਹੀ ਸੰਗਤਾਂ ਨੂੰ ਇਸ ਸਮੇਂ ਤੇ ਬਹੁਤ ਲੱਖ ਲੱਖ ਵਧਾਈ ਵੀ ਦਿੰਦਾ ਹੈ ਕਿ ਪ੍ਰਬੰਧਕ ਕਮੇਟੀ ਨੇ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ ਕਿ ਜੋ ਸਾਰਾ ਹੀ ਦਸੰਬਰ ਦਾ ਸਾਡਾ ਮਹੀਨਾ ਜਾਂਦਾ ਹੈ ਪਿਆਰੀ ਸਾਥ ਸੰਗਤ ਜੀ ਇਹ ਸਾਰਾ ਹੀ ਸ਼ਹੀਦਿਆਂ ਦਾ ਮਹੀਨਾ ਸਾਡਾ ਹੁੰਦਾ ਹੈ ਤੇ ਦਾਸ ਸਾਰੀਆਂ ਹੀ ਸੰਗਤਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਜਿਵੇਂ ਆਪਾਂ 크리스마ਸ ਵੀ ਮਨਾਉਨੇ ਹਾਂ ਇਸੇ ਤਰ੍ਹਾਂ ਆਪਾਂ ਆਪਣੇ ਸ਼ਹੀਦੀ ਦਿਹਾੜੇ ਜਿਹੜੇ ਹੈਗੇ ਗੁਰੂ ਘਰ ਦੇ ਵਿੱਚ ਆ ਕੇ ਮਨਾਈਏ ਜੋ ਅੱਜ ਪ੍ਰਬੰਧਕਾਂ ਨੇ ਬਾਹਰ ਕੈਂਪ ਲਾਇਆ ਹੈ ਉਹਦੇ ਵਿੱਚ ਅਸੀਂ ਸਾਰੇ ਹੀ ਸੰਗਤਾਂ ਦੇ ਸੰਜੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਗਏ ਹਨ ਅਤੇ ਇਸੇ ਤਰ੍ਹਾਂ ਹੀ ਪ੍ਰਬੰਧਕਰਉ ਦਾਸ ਬੇਨਤੀ ਕਰਦਾ ਹੈ ਕਿ ਅਗਲੇ ਸਾਲ ਆਉਣ ਵਾਲੇ ਸਮੇਂ ਵਿੱਚ ਅਤੇ ਸਿੱਖ ਚੈਨਲ ਸਿੱਖ ਚੈਨਲ ਨੂੰ ਵੀ ਬੇਨਤੀ ਕਰਦਾ ਹੈ ਕਿ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਿੱਖ ਟੈਂਪਲ ਬੋਲਸਲ ਵਿਖੇ ਅਗਲੇ ਸਾਲ ਵੀ ਇਹ ਅਪਰਾਲਾ ਕੀਤਾ ਜਾਵੇ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੱਖ ਚੈਨਲ ਦੇ ਦੇਖ ਰਹੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਹਨਾਂ ਨਿੱਕਿਆਂ ਜਿੱਦਾਂ ਵੱਡੇ ਸਾਕੇ ਨੂੰ ਕੋਟ-કોટ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਦੀ ਸ਼ਹਾਦਤ ਨੇ ਸਾਨੂੰ ਇਹ ਦਸਤਾਰਾਂ ਬਖਸ਼ੀਆਂ ਹਨ ਸੋ ਕਲਗੀਧਰ ਪਾਤਸ਼ਾਹ ਦੇ ਉਹਨਾਂ ਛੋਟੇ ਲਾਲਾਂ ਦੀ ਸ਼ਹੀਦੀ ਨੂੰ ਲੱਖ ਲੱਖ ਪ੍ਰਣਾਮ ਹੈ ਅਤੇ ਧੰਨਵਾਦ ਹੈ ਸਿੱਖ ਚੈਨਲ ਦਾ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਹੈ ਤੇ ਇਹ ਲੇਪਾਈ ਹੈ ਗੁਰਦੁਆਰਾ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਵਾਲਸਾਲ ਵਿਖੇ ਕਾਲਡ ਮੋਰ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਸੋ ਸਾਰੀਆਂ ਸੰਗਤਾਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਨੂੰ ਸਹਿਯੋਗ ਦੇ ਕੇ ਇਸ ਲੜੀ ਨੂੰ ਟੁੱਟਣ ਨਾ ਦਈਏ ਆਪਾਂ ਅਤੇ ਹਰ ਸਾਲ ਇਹਨਾਂ ਛੋਟੇ ਸਹਜਾਦਿਆਂ ਦੀ ਸ਼ਹਾਦਤ ਨੂੰ ਆਪਾਂ ਇਸ ਤਰ੍ਹਾਂ ਹੀ ਮਨਾਉਂਦੇ ਰਹੀਏ ਕਿ ਅਖੀਰ ਵਿੱਚ ਸਾਰਿਆਂ ਦਾ ਧੰਨਵਾਦ ਹੈ ਕੋਟਣ-ਕੋਟ ਨਮਸਕਾਰ ਹੈ ਉਹਨਾਂ ਨੰਨੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਨੂੰ ਇਹ ਦਸਤਾਰਾਂ ਬਖਸ਼ੀਆਂ ਹਨ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰੂ ਖਾਲਸਾ ਜੀ ਫਤਿਹ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਿੱਖ ਚੈਨਲ ਦੇ ਜੋ ਇਹ ਪ੍ਰੋਗਰਾਮ ਦੇ ਉਪਰਾਸੀ ਦੀਦਨ ਚੱਲ ਰਿਹਾ ਹੈ ਮਹਾਰਾਜ ਦੇ ਇਹ ਅਸੀਂ ਦੇਣ ਦੇ ਨਹੀਂ ਸਕਦੇ ਜੋ ਮਹਾਰਾਜ ਸਾਡੇ ਲਈ ਛੋਟੇ ਸਹਿਬਜ਼ਾਦੇ ਜੋ ਸਾਡੇ ਲਈ ਸੀ ਦੀਪਾ ਕੇ ਸਾਨੂੰ ਸਿੱਖੀ ਦਸਤਾਰਾਂ ਸਾਰਾ ਕੁਝ ਸਾਨੂੰ ਸਿੱਖੀ ਬਾਰੇ ਦੱਸ ਕੇ ਗਏ ਨੇ ਤੇ ਅਸੀਂ ਇਹਨਾਂ ਦਾ ਦੇਣ ਕਦੀ ਮਹਾਰਾਜ ਦਾ ਭਲਾ ਨਹੀਂ ਸਕਦੇ ਤੇ ਵਾਹਿਗੁਰੂ ਖਾਲਸਾ ਫਤਿਹ ਤੇ ਸਾਨੂੰ ਇਸ ਨੂੰ ਹਰ ਸਾਲ ਇਸੇ ਤਰ੍ਹਾਂ ਹੀ ਪੂਰੇ ਵਰਲਡ ਯੂਰਪ ਚ ਅਸੀਂ ਜੋ ਵੀ ਇਹ ਦੁੱਖ ਪਰਵਤ ਮਨਾ ਰਹੇ ਆਂ ਤੇ ਵਾਹਿਗੁਰੂ ਖਾਲਸਾ ਫਤਿਹ ਜੀ ਸੋ ਬਹੁਤ ਸਾਰਿਆਂ ਧੰਨਵਾਦ ਸਾਡੇ ਨਾਲ ਹੋਰੀ ਬੇਟਾ ਜੀ ਤੁਹਾਡਾ ਕੀ ਨਾਮ ਆ ਕਰਨ ਸਿੰਘ ਕਰਨ ਸਿੰਘ ਜੀ ਅ ਅੱਜ ਕੀ ਪ੍ਰੋਗਰਾਮ ਆ ਜਿਹੜਾ ਹੋ ਰਿਹਾ ਤੁਹਾਨੂੰ ਪਤਾ ਹਾਂ ਹਾਂ ਜੀ ਸਾਬਜਾਦਿਆਂ ਦਾ ਚਨੇ ਉੱਥੇ ਸਾਬਜਾਦਿਆਂ ਦੇ ਨਾਮ ਤਾਂ ਪਤਾ ਕਿੰਨੇ ਸਾਬਜਾਦੇ ਸੀ ਚਾਰ ਕਿੰਨਾ ਸੀ ਆ ਨਾਮ ਨਹੀਂ ਉਹਨੂੰ ਪਤਾ ਪੰਜਾਂ ਪਿਆਰਿਆਂ ਦੇ ਨਾਮ ਦਾ ਪਤਾ ਉਹ ਨਹੀਂ ਬੇਟਾ ਜੀ ਤੁਹਾਨੂੰ ਚੌ ਸਭਜਾਂ ਦੇ ਨਾਮ ਦਾ ਪਤਾ ਨਹੀਂ ਗੁਰੂ ਪਿਆਰੋ ਵੇਖੋ ਸਿੱਖ ਚੈਨਲ ਦੀ ਅੱਖ ਦੇ ਨਾਲ ਇਹ ਵਿਚਾਰੇ ਆਏ ਆ ਇੱਥੇ ਅੱਜ ਤੀਸਰਾ ਦਿਨ ਆ ਸਾਕਾ ਸਰਾਂ ਦਾ ਪਹਿਲਾ ਦਿਨ ਸੀ ਗੁਰਦੁਆਰਾ ਸਿੰਘ ਸਭਾ ਈਸਟ ਵਾਰਕਿੰਗ ਲੰਡਨ ਦੇ ਵਿੱਚ ਤੇ ਦੂਜਾ ਦਿਨ ਸੀ ਗੁਰਦੁਆਰਾ ਰਾਮਗੜੀ ਐਕਵਿਟਰੀ ਅੱਜ ਤੀਜਾ ਦਿਨ ਇੱਥੇ ਗੁਰੂ ਨਾਨਕ ਗੁਰਦੁਆਰਾ ਵਾਲਸ ਆ ਸਿੱਖ ਚੈਨਲ ਦੀ ਦੀਨ ਆਪਾਂ ਦੇ ਨਹੀਂ ਸਕਦੇ ਵੇਖੋ ਜਿੰਦੀ ਜਾਗਦੀ ਮਸਾਲਿਆ ਕਿ ਕਿੰਨੀ ਕਿੰਨੀ ਏਜ ਤੇਰੀ ਬੇਟਾ 15 ਸਾਲ ਤੁਹਾਡੀ ਕਿੰਨੀ ਏਜ ਆ 13 ਸਾਲ ਵੇਖੋ ਇੱਕ 15 ਸਾਲ 13 ਸਾਲ ਦਾ ਸਿਰ ਤੇ ਦਿਮਾਲੇ ਵੱਜੇ ਆ ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਚੌਂ ਸਾਹਿਬ ਜਾਣਦੇ ਤੇ ਕੀ ਨਾਮ ਆ ਪੰਜਾਂ ਪਿਆਰਿਆਂ ਦੇ ਕੀ ਨਾਮ ਆ ਗੁਰੂ ਪਿਆਰਿਓ ਇਹੀ ਸਾਡਾ ਕੰਮ ਹੈ ਇਹੀ ਹੈ ਸਿੱਖ ਚੈਨਲ ਤੁਹਾਡੇ ਸਹਿਯੋਗ ਮੰਗਦੇ ਤੁਹਾਡੇ ਸਹਿਯੋਗ ਦੇ ਨਾਲ ਵੇਖੋ ਅੱਜ ਕ੍ਰਿਸਮਸ ਦਾ ਪਤਾ ਅੱਜ ਕ੍ਰਿਸਮਸ ਆ ਹਾਂਜੀ ਪਤਾ ਕ੍ਰਿਸਮਸ ਆ ਅੱਜ ਹਾਂਜੀ ਵੇਖੋ ਗੁਰੂ ਪਿਆਰਿਓ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ 크리스마ਸ ਦਾ ਪਤਾ ਪੰਗੜੇ ਪਾਉਂਦੇ ਆ ਨੱਚਦੇ ਆ ਘਰ ਮਾਪਿਆਂ ਨੂੰ ਕਹਿੰਦੇ ਛੁੱਟੀਆਂ ਹੋ ਗਈਆਂ ਅੱਜ 크리스마ਸ ਆ ਉਹ ਮੇਰੇ ਵੀਰੋ ਮੇਰੇ ਭੈਣੋ ਮੈਂ ਬੜੇ ਦੁੱਖ ਨਾਲ ਕਹਿੰਨਾ 7 ਸਾਲ ਤੇ 9 ਸਾਲ ਦੇ ਬੱਚੇ ਜੀਦੇ ਜੀ ਗਰੂ ਪਿਆਰੋ ਆਪਣੇ ਘਰ ਪੁੱਤ-ਪੋਤੀਆਂ ਵਾਂ ਦੋਤੇ ਦੋਤੀਆਂ ਵਾਂ ਜੇ ਕਿਸ ਨੂੰ ਗਰੂ ਪਿਆਰੋ ਬੁਖਾਰ ਹੀ ਵੀ ਹੋ ਜੇ ਰੋਟੀ ਨਹੀਂ ਲੰਗਦੀ ਮਾਂ ਸੱਤਾ ਸਮੁੰਦਰਾਂ ਤੋਂ ਬਾਹਰ ਇੰਡੀਆ ਵਿੱਚ ਠੀ ਆ ਬੱਚਾ ਬਾਹਰ ਆ ਪਤਾ ਲੱਜੇ ਕਿ ਅੱਜ ਕੰਮ ਤੇ ਨਹੀਂ ਗਿਆ ਕੀ ਗੱਲ ਆ ਮੈਨੂੰ ਬੁਖਾਰ ਸੀ ਰੋਟੀ ਛੱਡ ਦਿੰਦੀ ਆ ਗਰੂ ਪਿਆਰੋ 7 ਸਾਲ 9 ਸਾਲ ਦੇ ਬੱਚੇ ਜਿੱਦੋਂ ਦਾ ਨੀਹਾਂ 'ਚ ਖਲੋਤੇ ਆ ਤੇ ਪਹਿਲਾਂ ਛੋਟੇ ਸਾਹਿਬਜ਼ਾਦੇ ਦੇ ਗੋਡੇ ਘੜ ਦੇ ਚੱਪਣੀਆਂ ਕੱਢਦੇ ਆ ਕਿਉਂਕਿ ਕਦਰ ਸਿੱਧੀ ਨਹੀਂ ਹੁੰਦੀ ਤੇ ਵੱਡਾ ਕਹਿੰਦਾ ਵਾ ਚਾਹੀਦੇ ਤੇ ਮੇਰੇ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਸੋ ਗਰੂ ਪਿਆਰੋ ਨੀਆਂ ਦੇ ਵਿੱਚ ਚਿਣਕੇ ਜਿਵਾ ਕਰ ਦਿੱਤੇ ਜਾਂਦੇ ਆ ਸ਼ਹੀਦ ਕਰ ਦਿੱਤੇ ਜਾਂਦੇ ਆ ਪਰ ਉਹਨਾਂ ਈਨੀ ਮੰਨੀ ਸੂਬਾ ਕਹਿੰਦਾ ਮੈਂ ਸੂਬਾ ਸਰਹੰਦ ਦਾ ਤੁਸੀਂ ਨਿਕੜੇ ਨਿਕੜੇ ਬਾਲ ਉਹ ਤੁਸੀਂ ਆਕੜ ਆਕੜ ਕੇ ਬੋਲਦੇ ਮੈਂ ਜੋ ਜੋ ਕਰਾਂ ਸਵਾਲ ਜੇ ਬਾਜ ਨਹੀਂ ਆਉਣਾ ਬਾਲ ਕੋ ਤੁਹਾਡਾ ਹੋਊਗਾ ਮੰਦਰਾਹਰ ਤੇ ਗਾੜੀ ਸਹਬਜਾਦੇ ਕੀ ਆਂਦੇ ਆ 7 ਸਾਲ ਤੇ 9 ਸਾਲ ਬੇਟਾ ਇਧਰ ਬੱਚੇ ਕੀ ਆਂਦੇ ਆ ਆਂਦੇ ਹੋ ਅਸੀਂ ਕਲਗੀ ਧਰ ਦੇ ਲਾੜਲੇ ਤੇ ਮਾਂ ਜੀਤੋ ਦੇ ਲਾਲ ਉਹ ਸਾਡੇ ਸ਼ੇਰਾਂ ਵਰਗੇ ਹੌਸਲੇ ਤੇ ਹਾਥੀਆਂ ਵਰਗੀ ਚਾਲ ਉਹ ਦਿੱਲੀ ਦੇ ਵਿੱਚ ਆਪਣੇ ਸੀਸ ਦਾ ਸਾਡਾ ਦਾਦਾ ਕਰ ਗਿਆ ਦਾਨ ਉਹ ਜੋ ਨਹੀਂ ਵੀ ਕਰਨਾ ਸੂਬਿਆ ਉਹ ਕਰਲੇ ਸਾਡੇ ਨਾਲ ਕੋਈ ਬਦਲ ਕਦੇ ਨਹੀਂ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ ਗੁਰੂ ਪਿਆਰਿਓ ਤੇ ਸ਼ੇਰ ਆਪੋ ਆਪਣੀਆਂ ਲੈਣਾ ਲਿਖਦੇ ਆ ਬੜੇ ਰੋਬ ਨਾਲ ਸੂਬੇ ਨੂੰ ਗਾੜੀਆਂ ਪੈਂਦੇ ਆ ਪੁੱਭ ਪੁੱਗਕ ਪੈਂਦੇ ਆ ਗੁਰੂ ਪਿਆਰਿਓ ਤੇ ਸੂਬਾ ਅੱਖਾਂ ਨੀਵੀਆਂ ਕਰ ਲਿੰਦਾ ਸ਼ਰਮਿੰਦਾ ਹੋ ਜਾਂਦਾ ਤੇ ਕਹਿੰਦਾ ਇਹਨਾਂ ਨੂੰ ਨੀਹਾਂ ਚਿਣਕੇ ਸ਼ਹੀਦ ਕੀਤਾ ਜਾਵੇ ਤੇ ਉਹ ਜਕਾਰੇ ਛੱਡਦੇ ਆ ਆਂਦੇ ਸਾਨੂੰ ਪ੍ਰਵਾਹ ਕੋਈ ਨਹੀਂ ਸੂਬਾ ਕਹਿੰਦਾ ਕਿਉਂ ਨਹੀਂ ਪਰਵਾ ਉਹ ਕਹਿੰਦੇ ਤੈਨੂੰ ਪਤਾ ਨਹੀਂ ਸਾਡੇ ਇਤਿਹਾਸ ਦਾ ਸਾਡੇ ਦਾਦੇ ਦਾ ਗੁਰੂ ਤੇਗ ਬਹਾਦਰ ਅਦਲੀ ਸੀਜ਼ ਦੇ ਗਿਆ ਆਪਣਾ ਆਂਦੇ ਜੇ ਹੋਰ ਗਾਂ ਪੁੱਛਣਾ ਤੇ ਸਾਡੇ ਦਾਦੇ ਪੜਦਾਦੇ ਦਾ ਗੁਰੂ ਤੇਗ ਬਹਾਦਰ ਜੜਾ ਸਾਡੇ ਬਾਬੇ ਦਾ ਬਾਬਾ ਹੀ ਉਹਦਾ ਨਾ ਗੁਰੂ ਅਰਜਨ ਦੇਵ ਜੀ ਸੂਬਿਆ ਤੈਨੂੰ ਯਾਦ ਆ 31 ਤਵੀ ਤੇ ਤੁੰਬਾਲਿਆ ਸੀ ਤੇਰੀ ਸਰਕਾਰ ਨੇ 31 ਰੇਤ ਪੈਂਦੀ ਸੀ ਤੇ ਅਸੀਂ ਉਸ ਦੀ ੜਾਦਿਆਂ ਸਾਡੇ ਖੂਨ ਦੇ ਵਿੱਚ ਉਹੋ ਹੀ ਖੂਨ ਵਾਲੇ ਖੰਦਾ ਸੋ ਗੁਰੂ ਪਿਆਰਿਓ ਏ ਆਪਾਂ ਰਲ ਮਿਲ ਕੇ ਵੇਅਰਨਸ ਲਿਆਉਣੀ ਆ ਬੇਟਾ ਤੇਰਾ ਕੀ ਨਾਂ ਸੁਖਰਾਜ ਸਿੰਘ ਕਿੰਨੀ ਉਮਰ ਆ ਏਜ 12 ਤੇਰਾ ਕੀ ਨਾਂ ਬੇਟਾ ਯੁਵਰਾਜ ਕਿੰਨੀ ਉਮਰ ਆ 9 ਨਹੀਂ 10 ਅੱਛਾ ਗਰੂ ਪਿਆਰੋ ਵੇਖੋ ਇੱਕ 11 12 ਸਾਲ ਦਾ ਇੱਕ 10 ਸਾਲ ਦਾ ਕਿੰਨੇ ਛੋਟੇ ਬੱਚੇ ਆ ਉਹ ਬੱਚੇ 7 ਸਾਲ ਤੇ 9 ਸਾਲ ਦੇ ਸੀ ਗਰੂ ਪਿਆਰਿਓ ਮੈਂ ਬੇਨਤੀ ਕਰਦਾ ਮਾਵਾ ਭੈਣਾਂ ਜਮ ਜਮ ਤੁਸੀਂ ਨਾਟਕ ਵੇਖੋ ਟੈਲੀਵਿਜ਼ਨ ਵੇਖੋ ਉਹ ਪਰ ਆਪਣੇ ਬੱਚਿਆਂ ਨੂੰ ਤੇ ਇਤਿਹਾਸ ਦੱਸੋ ਸਾਡੀਆਂ ਮਾਵਾਂ ਅਹੀਂ ਜਦੋਂ ਛੋਟੇ ਹੁੰਨੇ ਇਹਨਾਂ ਅਰਗੇ ਚਰਖੇ ਕੱਤਦੀਆਂ ਹੁੰਦੀਆਂ ਸੀ ਗੁਰੂ ਪਿਆਰਿਓ ਤੇ ਨਾਲੇ ਕਹਿੰਦੀਆਂ ਸੀ ਬਾਬੇ ਦੀਪ ਸਿੰਘ ਦਾ ਸੀਸਲਾ ਲੱਗਿਆ ਪੁੱਤ ਉਹਨੇ ਸੀਸ ਟਲੀ ਤੇ ਰੱਖ ਕੇ ਦਰਬਾਰ ਸਾਹਿਬ ਅਰਦਾਸ ਕੀਤੀ ਉਥੇ ਆਪਣਾ ਸੀਸ ਅੱਜ ਵੀ ਜਦੋਂ ਦਰਬਾਰ ਸਾਹਿਬ ਜਾਂਦੇ ਜੇ ਹਰਮੰਦਰ ਸਾਹਿਬ ਬਾਬਾ ਦੀਪ ਸਿੰਘ ਰੱਖਿਆ ਕਰ ਰਿਆ 84 ਦੇ ਵਿੱਚ ਗਵਰਨਮੈਂਟ ਦੇ ਟੈਂਕ ਨਹੀਂ ਮਿਲਟਰੀ ਦੇ ਉਹਨੇ ਨੰਗਣ ਦਿੱਤੇ ਗੁਰੂ ਪਿਆਰੇ ਜਾਮ ਕਰ ਦਿੱਤੇ ਸੀ ਇਹ ਆ ਸਾਡੇ ਸਿੱਖ ਅਸੀਂ ਉਹਨਾਂ ਦੀ ੜਾ ਦਿਆਂ ਗੁਰੂ ਪਿਆਰਿਓ ਮਾਵਾਂ ਦੱਸਦੀਆਂ ਪੁੱਤ ਪਾਈ ਤਾਰੂ ਸਿੰਘ ਦਾ ਸੀਸ ਲੱਤ ਗਿਆ ਤੇ ਸੂਬੇ ਸਰਾਂ ਦੇ ਜਕਰੀਆ ਖਾਂ ਕਹਿੰਦਾ ਤੂੰ ਕਿੰਨਾ ਤੈਨੂੰ ਅੱਗੇ ਲਾ ਕੇ ਤੋੜਨਾ ਉਹ ਕਹਿੰਦਾ ਜਕਰੀਆ ਖਾਂ ਪ੍ਰਵਾਹ ਕੋਈ ਨਹੀਂ ਅਜੇ ਮੈਂ ਸਵਾਸ ਨਹੀਂ त्यागे ਪਹਿਲਾਂ ਤੈਨੂੰ ਅੱਗੇ ਲਾ ਕੇ ਤਰੂੰਗਾ ਛਿੱਤਰ ਦੇ ਰੋਗ ਨਾਲ ਦਾ ਕਿਹੋ ਜਿਹਾ ਬੰਦਾ ਏ ਖੋਪਰੀ ਲੱਤ ਗਈ ਆ ਗੁਰੂ ਪਿਆਰਿਓ ਜਦੋਂ ਖੋਪਰੀ ਲੱਤ ਗਈ ਪਾਈ ਤਾਰੂ ਸਿੰਘ ਦੀ ਜਕਰੀਆ ਖਾਂ ਨੂੰ ਬੰਨ ਪੈ ਗਿਆ ਦੁਨੀਆ ਭਰ ਦੇ ਹਕੀਮ ਸਦੇ ਇਲਾਜ ਨਹੀਂ ਆਇਆ ਤੇ ਸੇਖਾਂ ਦੇ ਸਿੱਖ ਦੀ ਅਰਦਾਸ ਕੀਤੀ ਆ ਜਕਰੀਆ ਖਾਂ ਭਾਈ ਤਾਰੂ ਸਿੰਘ ਦਾ ਛੇਤਰ ਆਪਣੇ ਸਿਰ ਤੇ ਸਵਾ ਤੇਰਾ ਬਨ ਟੁੱਟਣਾ ਜਦੋਂ ਸ਼ਵਾਇਆ ਆਂਦਾ ਮਨ ਸਕੂਨ ਆਉਂਦਾ ਫਿਰ ਕੀ ਆ ਹੋਰ ਸਕਾਓ ਫਿਰ ਕਹਿੰਦਾ ਮੇਰੇ ਮਾਰੋ ਫਿਰ ਕਹਿੰਦਾ ਜ਼ੋਰ ਦੀ ਮਾਰੋ ਭਾਈ ਤਾਰੂ ਸਿੰਘ ਦੇ ਛੇਤਰ ਨਾਲ ਜਕਰੀਆ ਖਾਨ ਦੀ ਮੌਤ ਹੋ ਜਾਂਦੀ ਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਅਗਲੇ ਦਿਨ ਭਾਈ ਤਾਰੂ ਸਿੰਘ ਜਿਹੜਾ ਵਾ ਗਰੁੱਪ ਆ ਰਿਓ ਉਹ ਸੱਚਖੰਡ ਜਾਂਦਾ ਇਹ ਆ ਸਾਡੀ ਸਿੱਖੀ ਆਪਣੇ ਬੱਚਿਆਂ ਨੂੰ ਦਸੀਏ ਅਸੀਂ ਉਹਨਾਂ ਦੀ ੜਾਦਿਆਂ ਸੱਚ ਗੱਲ ਜੇ ਸਾਡੇ ਚ ਖੂਨ ਬਾਜਾਂ ਵਾਲੇ ਦਾ ਦਿੱਲੀ ਮੈਂ ਗਿਆ ਦਸੰਬਰ ਤੋਂ ਮਾਰਚ ਤਾਈਂ ਕਲੀਨ ਸ਼ੇਪ ਮੁੰਡੇ ਕੋਨੇ ਮੁੰਡੇ ਮੁੰਡੇ ਗੁਰੂ ਪਿਆਰਿਓ ਜਦੋਂ ਉੱਥੇ ਸਾਕਾ ਸਰਾਂਦ ਮਨਾਇਆ ਆੜਾ ਜਿੱਥੇ ਮਨਾਉਂਦੇ ਆ ਦਿੱਲੀ ਦੀ ਉਹ ਸਟੇਜ ਸ਼ੇਰ ਸ਼ਾ ਸੂਰੀ ਮਾਰਗ ਜਿੱਥੇ 1 ਮਿੰਟ ਚ 1000 ਗੱਡੀਆਂ ਲੰਘਦੀਆਂ ਸੀ ਗੁਰੂ ਤੇਗ ਬਹਾਦਰ ਦੀ ਗੋਦ ਦੇ ਵਿੱਚ ਛੋਟੇ ਸਾਹਿਬ ਜੀ ਦਾ ਮਾਤਾ ਗੁਜਰਕੌਰ ਦਾ ਸਾਕਾ ਸਰਾਂਦ ਮਨਾਇਆ ਤੁਸੀਂ ਦੁਨੀਆਂ ਨੇ ਟੈਲੀਵਿਜ਼ਨ ਤੇ ਉੱਤੇ ਵੇਖਿਆ ਗੁਰੂ ਪਿਆਰਿਓ ਔਰ ਦੁਨੀਆ ਜਿਹੜੀ ਆ ਉਹ ਅੱਛ ਅੱਛ ਕਰ ਉઠી ਔਰ ਗੁਰੂ ਪਿਆਰੇ ਉਥੇ ਵੀ ਇਨੀ ਵੇਰ ਰਸੇ ਲਿਆਂਦੀ ਔਰ ਸਿੱਖ ਚੈਨਲ ਜਿਹੜਾ ਹੈ ਉਹ ਵੇਅਰਨੈਸ ਲਿਆ ਰਿਹਾ ਹੈ ਔਰ ਗੁਰੂ ਪਿਆਰਿਓ ਮੈਂ ਬੇਨਤੀ ਕਰਦਾ ਕਿ ਆਪ ਤੇ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਜ਼ਰੂਰ ਦੱਸਿਆ ਕਰੋ ਬੜਾ ਤਗੜਾ ਸਾਡਾ ਇਤਿਹਾਸ ਆ ਗਰੂ ਪਿਆਰਿਓ ਉਹਨਾਂ ਬੱਚਿਆਂ ਦੀ ਗੱਲ ਕਰਦਾ ਜਿਹੜੇ ਕਲੀਨ ਸ਼ੇਫ ਸੀ ਚਾਹੇ ਸਿਰ ਤੇ ਕੇਸ ਨਹੀਂ ਸੀ ਉਹ ਕਹਿੰਦੇ ਸਾਨੂੰ ਤੇ ਸਾਕਾ ਸਰਾਂ ਦੇ ਸੁਣ ਕੇ ਪ੍ਰਧਾਨ ਸਾਹਿਬ ਉਹ ਕਹਿੰਦੇ ਸਾਨੂੰ ਤੇ ਸਾਕਾ ਸਰਾਂਦ ਸੁਣ ਕੇ ਪਤਾ ਲੱਗਾ ਸਾਡਾ ਕੀ ਇਤਿਹਾਸ ਆ ਸਾਨੂੰ ਤੇ ਸਾਡੇ ਮਾਪਿਆਂ ਨੇ ਨਹੀਂ ਦੱਸਿਆ ਸੋ ਗੁਰੂ ਪਿਆਰੋ ਬੜਾ ਤਗੜਾ ਇਤਿਹਾਸ ਆ ਉੱਥੇ ਦਿੱਲੀ ਦੇ ਵਿੱਚ ਸਾਕਾ ਸਰਾਂਦ ਬਣਾਇਆ ਗਿਆ ਲੱਖਾਂ ਜਿੰਨੀਆਂ ਸਟੇਜਾਂ ਸੀ ਕਿਸਾਨ ਜਿੰਨੇ ਸੀ ਉਹਨਾਂ ਨੇ ਇਹ ਸਾਰਾ ਸਰਵਣ ਕੀਤਾ ਤੇ ਬੜੀ ਵੇਅਰਨੈਸ ਲਿਆਂਦੀ ਆ ਸਿੱਖ ਚੰਨ ਨੇ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਆ ਸਹਿਯੋਗ ਦੀ ਲੋੜ ਆ ਕਿਹਨੇ ਕਹਿਆ ਦੌਲਤ ਗਜਰਾਨ ਪੁੱਤਰ ਨਿਸ਼ਾਨ ਤੇ ਔਰ ਤਮਾਨ ਤਾਈਓ ਤੇ ਸੱਤਾ ਸਮੁੰਦਰਾ ਤੋਂ ਪਾਰ ਆਪਾਂ ਆਇਆ ਗੁਰੂ ਪਿਆਰੋ ਜਿੰਨੇ ਦੌਲਤ ਦੇ ਖਾਤਰ ਸਿੱਖ ਚੈਨਲ ਵੀ ਇੰਨਾ ਖਰਚਿਆਂ ਤੁਹਾਡਿਆਂ ਨਾਲ ਚੱਲਦਾ ਤੁਹਾਡਾ ਆਪਣਾ ਚੱਲਿਆ ਭੈਣ ਜੀ ਸਾਡੇ ਨਾਲ ਭੈਣ ਜੀ ਅੱਜ ਆਪਾਂ ਠੰਡੇ ਬੁਰਜ ਦੀ ਜਾਦ ਮਨਾ ਰਹੇ ਆ ਬਾਹਰ ਵੇਖੋ ਕੀਰਤਨੀਏ ਕੀਤਰ ਕਰ ਰਿਹਾ ਟੈਂਟ ਲਗਾ ਗੁਰਦੁਆਰਾ ਗੁਰੂ ਨਾਨਕਵਾਲ ਸਾਹਿਬ ਕੀ ਕਹਿਣਾ ਚਾਹੋ ਪਹਿਲਾਂ ਪਿਆਰਿਓ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਣ ਦਾ ਆਪ ਨੂੰ ਬੇਨਤੀ ਕਰਦੇ ਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਸਾਡੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇਹ ਕਾਲ ਪੁਰਖ ਦੀ ਫਤਿਹ ਆ ਅੱਜ ਨਾ ਮੈਂ ਜਿਆਦਾ ਟਾਈਮ ਲਾਵਾਂ ਅੱਜ ਜੋ ਸਾਕਾ ਨਿੱਕੀਆਂ ਨਿੱਕੀਆਂ ਜਿੰਦਾ ਮਾਤਾ ਗੁਜਰਕਾਰ ਜੋ ਬੱਚੇ ਨੀਹਾਂ ਵਿੱਚ ਚੀਨਾ ਚੀਣੇ ਗਏ ਅੱਜ ਸਾਕਾ ਸਾਡੇ ਦਿਲਾਂ ਤੇ ਕੀ ਬੀਤਦੀ ਅੱਜ ਅਸੀਂ ਉਸ ਸਾਕੇ ਨੂੰ ਯਾਦ ਕਰਕੇ ਅਸੀਂ ਕਹਿੰਨੇ ਧੰਨ ਮਾਤਾ ਗੁਜਰਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੁਹਾਡਾ ਜਿਗਰਾ ਜਿਨ੍ਹਾਂ ਨੇ ਦੋ ਵੱਡੇ ਸਹਿਬਜ਼ਾਦੇ ਤੇ 40 ਸਿੰਘ ਚਮਕਾਰ ਦੀ ਘੜੀ ਦੇ ਵਿੱਚ 10 ਲੱਖ ਫੌਜ ਦੇ ਨਾਲ ਮੁਕਾਬਲਾ ਕੀਤਾ ਤੇ ਇਧਰ ਛੋਟੇ ਸਹਿਬਜ਼ਾਦੇ ਬਾਬਾ ਜੋਰਾ ਸਿੰਘ ਤੇ ਬਾਬਾ ਫਤਿਹ ਸਿੰਘ ਜੋ ਜਿਨ੍ਹਾਂ ਨੇ ਸਾਡੀ ਖਾਤਰ ਅੱਜ ਅਸੀਂ ਭੁੱਲ ਬੈਠੇ ਹਾਂ ਯਾਦ ਰੱਖਿਏ ਉਹ ਸਾਕਾ ਅੱਜ ਅਸੀਂ ਭੁੱਲਿਏ ਨਾ ਜੋ ਛੋਟੇ ਸਹਿਬ ਜਾਨੇ ਸਾਡੀ ਖਾਤਰ ਉਸ ਪੁੱਜੀਆਂ ਤੇ ਮੋਰੇ ਬਾਦਸ਼ਾਹ ਜੇ ਬਾਦਸ਼ਾਹ ਬਣਿਆ ਹੋਇਆ ਸੀ ਆਪਣੇ ਆਪ ਵਿੱਚ ਉਹਦੇ ਮੋਰੇ ਹਾਰ ਨਹੀਂ ਮੰਨੀ ਤੇ ਮਰਨਾ ਕਬੂਲ ਕਰ ਲਿਆ ਇਸ ਕਰਕੇ ਅੱਜ ਉਹ ਦਿਨ ਅਸੀਂ ਰਾੜ ਮਿਲ ਕੇ ਜੋ ਸਿੱਖ ਚੈਨਲ ਹੈ ਜਗਾ ਜਗਾ ਜਿੱਥੇ ਵੀ ਇਹਨਾਂ ਨੂੰ ਪ੍ਰੋਗਰਾਮ ਮੰਨੇ ਹੋਏ ਹਨ ਉੱਥੇ ਉੱਤੇ ਉੱਥੇ ਉੱਥੇ ਹੀ ਇਹ ਜੋ ਦਿਨ ਹੈ ਆ ਸ਼ਹੀਦੀ ਦਾ ਛੋਟੇ ਛੋਟੇ ਨੰਨੇ ਮਾਤਾ ਗੁਜਰਕਾਰ ਮੈਂ ਦੋ ਲੈਣਾ ਕਹਿਦੇ ਆਂ ਨਦੀ ਅੱਜ ਗਾਲੇ ਕੋੜੀਆਂ ਨਦੀ ਅੱਜ ਗਾਲੇ ਕੋੜੀਆਂ ਤੇਰੇ ਪੁੱਤਰ ਸਵੇਰੇ ਜੰਜੇ ਚੜਨੇ ਨਦੀ ਅੱਜ ਗਾਲੇ ਕੋੜੀਆਂ ਤੇ ਪੋਤੇ ਰ ਸਵੇਰੇ ਜੰਜ ਚੜਨੇ ਪਾ ਫੁੱਟੀ ਤੋਰ ਜਾਣਗੇ ਪਾ ਫੁੱਟੀ ਤੋਰ ਜਾਣਗੇ ਵੈਰੀ ਇਹਨਾਂ ਦੇ ਚਿਹਰੇ ਦੇਖ ਕੇ ਮੱਥੇ ਤੇ ਸੱਪ ਲੜਨੇ ਕਹਿਣ ਦਾ ਮਤਲਬ ਜਦੋਂ ਬੈਰੀ ਇਹਨਾਂ ਦੇ ਚਿਹਰਿਆਂ ਨਾਲ ਦੇਖਣਗੇ ਉਹਨਾਂ ਦੇ ਮੱਥੇ ਸੱਪ ਲੜਨੇ ਆ ਜਿਨ੍ਹਾਂ ਨੇ ਹਾਰ ਨਹੀਂ ਮੰਨੀ ਮੈਂ ਇੰਨੀਆਂ ਗੱਲਾਂ ਬਚਨ ਕਹਿੰਦੀ ਹੋਈ ਮਾਫੀ ਮੰਗਦੀ ਆ ਵਾਹੇ ਗੁੱਜੀ ਕਾ ਖਾਲਸਾ ਵਾਹੇ ਗੁੱਜੀ ਕੀ ਫਤਿਹ ਬੋਲੇ ਸਾਰੀਆਂ ਸਾਧ ਸੰਗਤਾਂ ਜੋ ਆਪਣੇ ਘਰਾਂ ਦੇ ਵਿੱਚ ਵੀ ਬੈਠੀਆਂ ਐਸ ਸਿੱਖ ਚੈਨਲ ਨੂੰ ਦੇਖ ਰਹੀਆਂ ਹਨ ਜੋ ਆਪਣੇ ਅਗਲਾ ਪ੍ਰੋਗਰਾਮ ਹੈ ਉਹ 27 ਤਰੀਕ ਨੂੰ ਐ ਸੋਮਵਾਰ ਨੂੰ ਆਪਣੇ ਗੁਰੂ ਘਰ ਕੈਂਪ ਫਿਰ ਲੱਗਣਾ ਹੈ ਇਹ ਜੋ ਪ੍ਰੋਗਰਾਮ ਹੋਣਗੇ ਸਵੇਰ ਨੂੰ 7:30 ਤੋਂ ਲੈ ਕੇ ਸੌਰੀ ਸਵੇਰ ਨੂੰ 9:00 ਵਜੇ ਤੋਂ ਲੈ ਕੇ ਸ਼ਾਮ ਦੇ 9:00 ਵਜੇ ਤੱਕ ਚੱਲਣਗੇ ਉਹਦੇ ਵਿੱਚ ਸਾਰਾ ਕੈਂਪ ਆਪਾਂ ਜਦਾ ਲਾਉਣਾ ਹੈ ਬੱਚਿਆਂ ਨੂੰ ਸਾਰਾ ਆਪਾਂ ਸਿੱਖਿਆ ਉਹਨਾਂ ਨੂੰ ਦੱਸਣਾ ਹੈ ਕਿ ਸਾਡੇ ਛੋਟੇ ਛੋਟੇ ਸਹਿਬਜ਼ਾਦਿਆਂ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਕਿਸ ਤਰ੍ਹਾਂ ਦਿੱਤੀਆਂ ਹਨ ਕੀ ਕੀ ਹੋਇਆ ਸੀ ਕਿੱਦਾਂ ਕਿੱਦਾਂ ਹੋਈ ਸੀ ਕਿੱਥੋਂ ਚੱਲ ਕੇ ਅਨੰਤਪੁਰ ਸਾਹਿਬ ਜੀ ਤੋਂ ਚੱਲ ਕੇ ਕਿੱਥੇ ਤੱਕ ਉਹ ਪਹੁੰਚੇ ਸਨ ਉਸ ਤੋਂ ਬਾਅਦ ਇਹ ਸਾਰੇ ਆਪਾਂ ਜੋ ਆਪਣਾ ਟੈਂਟ ਬਾਹਰ ਲੱਗਾ ਹੋਇਆ ਹੈ ਟੈਂਟ ਦੇ ਵਿੱਚ 7:30 ਤੋਂ ਲੈ ਕੇ ਫਿਰ 9 ਵਜੇ ਤੱਕ ਸਾਰਾ ਪ੍ਰੋਗਰਾਮ ਚੱਲੂਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੋਮਵਾਰ ਵਾਲੇ ਦਿਨ 27 ਤਰੀਕ ਨੂੰ ਫਿਰ ਇਸੇ ਤਰ੍ਹਾਂ ਹਮ ਹਮ ਆ ਕੇ ਦਰਸ਼ਨ ਦੇਣੇ ਅਤੇ ਸਾਰੇ ਵਿਢਪਾਗੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ